ਦੇਸ਼ ਵਿਦੇਸ਼ ਦੀ ਧਰਤੀ 'ਤੇ ਵੱਸਦੇ ਹੋਏ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਪਜੀ ਸਾਹਿਬ ਦੀ 16 ਨੰਬਰ ਪੌੜੀ, ਜਿਸ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਔਰ ਪਹਿਲੀਆਂ ਦੋ ਪੰਕਤੀਆਂ ਆਪਾਂ ਇਸ ਪੌੜੀ ਵਿੱਚੋਂ ਜੋ ਅੱਗੇ ਜਾ ਕੇ ਵਿਚਾਰੀਆਂ ਸਨ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ। ਅੱਗੇ ਕਹਿੰਦੇ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਪਾਰ। ਕਹਿੰਦੇ ਜੇ ਕੋਈ ਸਚਿਆਰ ਮਨੁੱਖ ਇਸ ਬਾਤ ਨੂੰ ਜਿਹੜਾ ਉਹ ਸਮਝ ਲਏ, ਕੋਈ ਮਨੁੱਖ ਉਸਦੀ ਦੱਸੀ ਵਿਚਾਰ ਨੂੰ, ਤਾਂ ਇਸ ਯੋਗ ਹੋ ਜਾਂਦਾ ਕਿ ਉਸਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ, ਸਚਿਆਰ ਹੋ ਜਾਏ। ਇਹ ਖਿਆਲ ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ, ਤੋ ਵਿਚਾਰਾ ਕਿਤਨਾ ਭਾਰ ਚੁੱਕ ਕੇ ਖਲੋਤਾ ਹੈ। ਦੂਜੀ ਵਿਚਾਰ ਹੋਰ ਕਿ ਧਰਤੀ ਹੇਠ ਬਲਦ, ਉਸ ਬਲਦ ਨੂੰ ਸਹਾਰਾ ਦੇਣ ਲਈ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜ਼ੋਰ। ਉਹ ਕਿਹਦੇ ਜ਼ੋਰ, ਕਿਹਦੇ ਬਲ 'ਤੇ ਖਲੋਤਾ ਹੈ? ਕਹਿੰਦੇ ਇਸੇ ਲਈ ਬਲਦ ਤੋਂ ਪਹਾੜ ਸਹਾਰਨ ਲਈ ਉਸ 'ਤੇ ਹੇਠ ਕਿਹੜਾ ਆਸਰਾ ਹੋਵੇਗਾ। ਇਹ ਬਾਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਭਾਈ ਅਸਲ ਵਿੱਚ ਉਹਦੇ ਹੁਕਮ ਦੇ ਵਿੱਚ ਸਭ ਕੁਝ ਬੱਝਾ ਹੋਇਆ। ਆਸਾ ਕੀ ਵਾਰ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੜ੍ਹਦੇ, ਅਤੇ ਸਾਹਿਬ ਕਹਿੰਦੇ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਉੱਥੇ ਇਹ ਵੀ ਬਚਨ ਵਰਤਿਆ ਭੈ ਵਿੱਚ ਧਰਤੀ ਦੱਬੀ ਪਾਰ। ਕਹਿੰਦੇ ਉਹਦੇ ਭੈ ਦੇ ਵਿੱਚ ਹੈ ਧਰਤ ਜਿਹੜੀ ਆ, ਉਸ ਮਾਲਕ ਨੇ ਟਿਕਾਈ, ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਅਗਲਾ ਬਚਨ ਕਹਿੰਦੇ ਜੀ ਜਾ ਤਰੰਗਾਂ ਕੇ ਨਾਮ। ਸ੍ਰਿਸ਼ਟੀ ਵਿੱਚ ਕਈ ਤਰ੍ਹਾਂ ਦੀਆਂ ਜਾਤਾਂ, ਹੁਣ ਜਾਤਾਂ ਦਾ ਭਾਵ ਇਹ ਮਤ ਸਮਝ ਲੈਣਾ ਵੀ ਜਿਹੜੀਆਂ ਅਸੀਂ ਜਾਤਾਂ ਕਹਿੰਦੇ ਹਾਂ, ਫਲਾਣੇ ਦੀ ਆਹ ਜਾਤ ਹੈ ਜੀ, ਉਹ ਜਾਤ ਵਾਲਾ ਆ ਜਾਂ ਨਹੀਂ, ਇਹ ਜਾਤਾਂ ਨਹੀਂ। ਸ੍ਰਿਸ਼ਟੀ ਵਿੱਚ ਕਈ ਜਾਤਾਂ ਦੇ, ਕਈ ਕਿਸਮਾਂ ਅਤੇ ਕਈ ਨਾਵਾਂ ਦੇ, ਇੱਥੇ ਜਾਤ ਤੋਂ ਭਾਵ ਹੈ ਜਿਵੇਂ ਮਨੁੱਖ ਇੱਕ ਜਾਤੀ ਹੈ, ਇਨਸਾਨ। ਸਾਡੀ ਜਾਤ ਕੀ ਹੈ? ਅਸੀਂ ਇਨਸਾਨ ਹਾਂ ਬਸ। ਤਾਂ ਹੀ ਦਸਮ ਪਾਤਸ਼ਾਹ ਮਹਾਰਾਜ ਦਾ ਬਚਨ ਪੜ੍ਹੋਗੇ, ਕਉ ਭਇਓ ਮੁੰਡੀਆ ਸੰਨਿਆਸੀ, ਕਉ ਬ੍ਰਹਮਚਾਰੀ, ਕਉ ਜਤੀਅਨ ਮਾਨਵੋ, ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕੈ ਪਹਿਚਾਣਵੋ। ਮਾਨਸ ਜਾਤ, ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਅਸੀਂ ਮਾਨਸ ਹਾਂ ਜੋ ਸਾਡੀ ਅਸਲ ਜਾਤ ਹੈ, ਬਾਕੀ ਜਾਤਾਂ ਬਾਅਦ ਵਿੱਚ ਨੇ, ਅਸੀਂ ਇਹਨੂੰ ਉਹ ਜਾਤ ਨਹੀਂ ਸਮਝਣਾ। ਜੀ ਜਾਤ ਕਈ ਜਾਤਾਂ ਦੇ ਭਾਵ ਵੱਖ ਵੱਖ, ਮਨੁੱਖ ਇੱਕ ਜਾਤੀ ਹੈ, ਜਾਨਵਰ ਹੈ, ਇਸ ਤਰ੍ਹਾਂ ਹੋਰ ਬਹੁਤ ਕੁਝ ਹੈ। ਕਈ ਅਤੇ ਕਈ ਨਾਵਾਂ ਦੇ ਜੀਵ ਹਨ, ਰੰਗਾਂ ਕੇ ਨਾਮ, ਕਈ ਨਾਵਾਂ ਦੇ ਜੀਵ। ਇਹਨਾਂ ਸਭਨਾਂ ਨੇ ਇੱਕ ਤਾਰ ਚੱਲਦੀ ਕਲਮ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ ਹੈ, ਸਭਨਾ ਲਿਖਿਆ। ਬੁੜੀ ਕਲਾਮ, ਬੁੜੀ ਕਲਾਮ ਦਾ ਮਤਲਬ ਹੈ ਜੋ ਬੇਰੋਕ ਚੱਲ ਰਹੀ ਉਸ ਮਾਲਕ ਦੀ ਕਲਮ ਸਾਡੇ ਸਾਰਿਆਂ 'ਤੇ, ਉਹ ਲੇਖਾ ਉਸ ਮਾਲਕ ਨੇ ਲਿਖਿਆ। ਅਤੇ ਕੋਈ ਵਿਰਲਾ ਮਨੁੱਖ ਹੈ ਇਹ ਲੇਖਾ ਲਿਖ ਜਾਣਾ, ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ, ਪਾਪ ਪਰਮਾਤਮਾ ਦੀ ਕੁਦਰਤ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਕਹਿੰਦੇ ਉਹ ਮਾਲਕ ਅਕਾਲ ਪੁਰਖ ਦੀ ਜੋ ਕੁਦਰਤ ਹੈ ਪਰਮੇਸ਼ਰ ਦੀ, ਲੇਖਾ ਲਿਖਿਆ ਕੀਤਾ ਹੋਏ ਜੇ ਅੰਦਾਜ਼ਾ ਲਗਾ ਵੀ ਲਈਏ ਤਾਂ ਉਹ ਕਿਤਨਾ ਵੱਡਾ ਹੋ ਜਾਏਗਾ, ਉਹ ਲੇਖਾ ਲਿਖਿਆ ਨਹੀਂ ਜਾ ਸਕਦਾ, ਉਹ ਪਾਇਆ ਨਹੀਂ ਜਾ ਸਕਦਾ। ਪਾਪ ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਵੀ ਜੀਵ ਜਿਹੜਾ ਉਹ ਪਾ ਨਹੀਂ ਸਕਦਾ। ਔਰ ਨਾਲ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ ਜੇ ਉਹ ਲਿਖ ਵੀ ਲੈ ਜਾਏ ਤਾਂ ਕਿੱਡਾ ਵੱਡਾ ਕਾਹਦੇ 'ਤੇ ਲਿਖਾਂਗੇ। ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ। ਅਕਾਲ ਪੁਰਖ ਦਾ ਬੇਅੰਤ ਬਲ, ਕੇਤਾ ਤਾਣ ਉਹਦਾ ਕਿੱਡਾ ਵੱਡਾ ਬਲ ਹੈ, ਬੇਅੰਤ ਸੁੰਦਰ ਰੂਪ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜਿਹਦਾ ਰੂਪ ਵੀ ਨਹੀਂ ਕਿਹਾ ਜਾ ਸਕਦਾ। ਔਰ ਕੂਤ ਦਾ ਅਰਥ ਹੈ ਅੰਦਾਜ਼ਾ, ਉਹਦੀਆਂ ਦਿੱਤੀਆਂ ਦਾਤਾਂ ਦਾ ਅੰਦਾਜ਼ਾ ਵੀ ਜਿਹੜਾ ਉਹ ਨਹੀਂ ਲਗਾਇਆ ਜਾ ਸਕਦਾ। ਫਿਰ ਨਾਲ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹ ਮਾਲਕ ਨੇ ਇੱਕੋ ਬੋਲ ਦੇ ਨਾਲ, ਕਵਾਓ ਦਾ ਅਰਥ ਹੈ ਬੋਲ, ਉਹਨੇ ਇੱਕੋ ਬੋਲ ਬੋਲਿਆ ਸੰਸਾਰ ਦਾ ਪਸਾਰਾ। ਇਹ ਨਹੀਂ ਵੀ ਕਿੰਨੇ ਦਿਨ ਉਹ ਲੱਗਾ ਰਿਹਾ ਅਤੇ ਅਸੀਂ ਆਖਿਆ ਜੀ ਉਹ ਇੰਨੇ ਦਿਨ ਕੰਮ ਕਰਦਾ ਰਿਹਾ, ਅਖੀਰ ਅਤੇ ਹਫ਼ਤੇ 'ਤੇ ਉਹਨੂੰ ਛੁੱਟੀ ਲੈਣੀ ਪਈ, ਅਸੀਂ ਆਪਣੇ ਵਰਗਾ ਸਮਝ ਲਿਆ। ਉਹਨੇ ਤਾਂ ਬੋਲ ਕਿਹਾ ਅਤੇ ਸੰਸਾਰ ਦਾ ਪਸਾਰਾ ਆ ਗਿਆ। ਇੱਕ ਬੋਲ ਹੀ ਕਹਿਣਾ ਅਤੇ ਸੰਸਾਰ ਦਾ ਨਿਬੇੜਾ ਹੋ ਜਾਣਾ। ਹਰਨ ਭਰਨ ਜਾ ਕਾ ਨੇਤਰ ਫੋਰ, ਬਣਾਉਣਾ ਅਤੇ ਮਿਟਾਉਣਾ ਅੱਖ ਦੇ ਫਰਕ ਵਿੱਚ। ਅਖੀਰ 'ਤੇ ਕਹਿੰਦੇ ਨੇ ਉਹਦੇ ਤੋਂ ਹੀ ਤਿਸਤੇ ਹੋਏ ਲੱਖ ਦਰਿਆਓ, ਇਹ ਸਭ ਜ਼ਿੰਦਗੀਆਂ ਚੱਲੀਆਂ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਵਿੱਚ ਇਹ ਤਾਕਤ ਨਹੀਂ ਮੈਂ ਤੇਰੀ ਵਡਿਆਈ ਕਰ ਸਕਾਂ,
तेरे तो एक बार भी कुर्बान नहीं जा सकता। मालक मैं हाथ जोड़ के यही कहिंदा हाँ, जो तेनू पाउंदा है वही असल विच सही है, क्योंकि तेरी कुदरत सदा सलामत, तू आप सदा सलामत रहने वाला है, मैं तेरे हुक्म दे विच हाँ। हुईयां भुल्लां दी खिमा, वाहिगुरू जी का खालसा, वाहिगुरू जी की फतेह। अगलियां खबरां वेखण लई जुड़े रहो दैनिक सवेरा दे नाल।